ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 11 ਜਨਵਰੀ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ। ਹਰ ਇੱਕ ਕੁਐਸਚਨ ਦੇ ਨਾਲ ਰਿਲੇਟਡ ਤੁਹਾਨੂੰ ਮੈਂ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਅਤੇ ਜਿਹੜੇ ਵੀ ਸਟੂਡੈਂਟ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਕਰੰਟ ਅਫੇਅਰ ਕਿੰਨੀ ਇੰਪੋਰਟੈਂਟ ਹੈ ਇਹ ਤੁਹਾਨੂੰ ਵੀ ਪਤਾ ਹੈ। ਸੋ ਰਿਕੁਐਸਟ, ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਡੇਲੀ 15 ਮਿੰਟ ਜ਼ਰੂਰ ਦਿਆ ਕਰੋ। 15 ਮਿੰਟ ਦੇਣ ਨਾਲ ਤੁਹਾਡੀ ਨੌਲੇਜ ਦੇ ਵਿੱਚ ਕੀ ਇੰਕਰੀਮੈਂਟ ਹੋਇਆ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਲੈ ਸਕਦੇ ਨੇ। ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਰਾਸ਼ਟਰੀ ਸਿਹਤ ਮਿਸ਼ਨ ਨੇ ਨਿਰਾਮਿਆ ਪ੍ਰੋਜੈਕਟ ਕਿੱਥੇ ਸ਼ੁਰੂ ਕੀਤਾ ਹੈ? ਹਾਂਜੀ, ਰਾਸ਼ਟਰੀ ਸਿਹਤ ਮਿਸ਼ਨ ਨੇ ਨਿਰਾਮੇ ਪ੍ਰੋਜੈਕਟ ਅਸਮ ਦੇ ਵਿੱਚ ਸ਼ੁਰੂ ਕੀਤਾ। ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ। ਹੁਣ ਅਸਮ ਦੇ ਵਿੱਚ ਸ਼ੁਰੂ ਕੀਤਾ ਤਾਂ ਅਸਮ ਦੀ ਕੈਪੀਟਲ ਕੀ ਆ? ਦੇਸ਼ਪੁਰ। ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ? ਹਿਮਾਤਾ ਵਿਸ਼ਵ ਸ਼ਰਮਾ। ਇੱਥੋਂ ਦੇ ਗਵਰਨਰ ਨੇ ਜਗਦੀਸ਼ ਮੁਖੀ। ਰੀਸੈਂਟਲੀ ਆਇਲ ਇੰਡੀਆ ਲਿਮਿਟ ਨੇ ਅਸਮ ਵਿੱਚ ਹਾਈਡਰੋਜਨ ਪਲਾਂਟ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਹੈ। ਸੈਰ ਸਪਾਟਾ ਸੰਜੀਵਨੀ ਯੋਜਨਾ ਅਸਮ ਦੇ ਵਿੱਚ ਸ਼ੁਰੂ ਹੋਈ। ਬਾਚੂਆ ਤਿਉਹਾਰ ਅਸਮ ਦੇ ਵਿੱਚ ਮਨਾਇਆ ਗਿਆ। ਬ੍ਰਹਮਪੁੱਤਰ ਮੁਕੋਟਾ ਕਰੂਚ ਅਸਮ ਦੇ ਵਿੱਚ ਸ਼ੁਰੂ ਹੋਇਆ। ਧਨਵੰਤਰੀ ਯੋਜਨਾ ਅਸਮ ਦੇ ਵਿੱਚ ਸ਼ੁਰੂ ਹੋਈ। ਅਸਮ ਦੀ ਹੀਮਾ ਦਾਸ ਨੂੰ ਟੀਂਗ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਦਾ ਇਕਲੌਤਾ ਗੋਲਡਨ ਟਾਈਗਰ ਅਸਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਦੇਖਿਆ ਗਿਆ। ਅਸਮ ਦੇ ਫੇਮਸ ਲੋਕ ਨਾਚ ਆ ਬੀਹੂ, ਜਗਰੂਬਾ, ਭੋਗਲ, ਚਮੂਰ। ਅਸਮ ਦੀ ਰਾਜ ਸਰਕਾਰ ਨੇ ਉਰੂਨੋਡੋਈ ਸਕੀਮ ਸ਼ੁਰੂ ਕੀਤੀ। ਅਸਮ ਦੇ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਆ, ਮਾਨਸ ਨੈਸ਼ਨਲ ਪਾਰਕ ਆ, ਨਮੇਰੀ ਨੈਸ਼ਨਲ ਪਾਰਕ ਆ, ਉਰੰਗ ਨੈਸ਼ਨਲ ਪਾਰਕ ਆ, ਡਿਬਰੂ ਸੇਖੋਵਾ ਨੈਸ਼ਨਲ ਪਾਰਕ ਆ, ਰਾਇਮੋਨਾ ਨੈਸ਼ਨਲ ਪਾਰਕ ਆ, ਦੇਇੰਗ ਪਟਕਾਈ ਨੈਸ਼ਨਲ ਪਾਰਕ ਆ। ਇਹ 7 ਨੈਸ਼ਨਲ ਪਾਰਕ ਆ ਅਸਮ ਦੇ ਵਿੱਚ। ਅਸਮ, ਹਾਂਜੀ, ਪੂਰੇ ਆਪਣੇ ਇੰਡੀਆ ਦੇ ਵਿੱਚ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਮੱਧ ਪ੍ਰਦੇਸ਼ ਟੌਪ 'ਤੇ ਆ। ਅੰਡੇਮਾਨ ਨਿਕੋਬਾਰ 2nd 'ਤੇ ਆ, 3rd 'ਤੇ ਅਸਮ ਆ। ਅਸਮ ਦੇ ਵਿੱਚ 7 ਨੈਸ਼ਨਲ ਪਾਰਕ ਆ, ਅੰਡੇਮਾਨ ਨਿਕੋਬਾਰ ਦੇ ਵਿੱਚ 9 ਨੈਸ਼ਨਲ ਪਾਰਕ ਆ, ਮੱਧ ਪ੍ਰਦੇਸ਼ ਦੇ ਵਿੱਚ 10 ਨੈਸ਼ਨਲ ਪਾਰਕ ਆ। ਇੰਨਾ ਤੁਸੀਂ ਯਾਦ ਰੱਖਣਾ। ਜਿਹੜੀ ਅਸਮ ਦੀ ਚਾਹ ਵਾ ਉਹਦਾ ਨਾਮ ਆ ਮਨੋਹਾਰੀ ਗੋਲਡ ਟੀ। ਇਹ ਅਸਮ ਦੀ ਚਾਹ ਵਾ ਅਤੇ ਇਹ ਦੇਸ਼ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਚਾਹ ਘੋਸ਼ਿਤ ਹੋ ਚੁੱਕੀ ਆ। ਪਹਿਲਾ ਜੈਨੈਟਿਕਲੀ ਮੋਡੀਫਾਇਰ ਰਬੜ ਦਾ ਪੌਦਾ ਅਸਮ ਦੇ ਵਿੱਚ ਲਗਾਇਆ ਗਿਆ। ਇਹ ਰਬੜ ਰਿਸਰਚ ਇੰਸਟੀਚਿਊਟ ਆਫ ਇੰਡੀਆ ਨੇ ਤਿਆਰ ਕੀਤਾ। ਰਬੜ ਰਿਸਰਚ ਇੰਸਟੀਚਿਊਟ ਆਫ ਇੰਡੀਆ ਇਹਦਾ ਇਹ ਹੈ ਕਿੱਥੇ ਆ? ਇਹ ਕੇਰਲ ਦੇ ਵਿੱਚ ਆ। ਨੈਕਸਟ ਕੁਐਸਚਨ ਹੈ ਜੀ, ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2, 9 ਜਨਵਰੀ। 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਹਾਂਜੀ, ਹੁਣ ਮਨਾਇਆ ਕਿਉਂ ਜਾਂਦਾ ਵਾ? ਪਹਿਲਾਂ ਤਾਂ ਦੇਖੋ ਇਸਦੀ ਸ਼ੁਰੂਆਤ 2003 ਦੇ ਵਿੱਚ ਹੋਈ ਸੀ। ਅਤੇ ਮਨਾਇਆ ਕਿਉਂ ਜਾਂਦਾ ਵਾ? ਕਿਉਂਕਿ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਵਾਪਸ ਆਏ ਸੀ। ਇਸ ਲਈ ਪ੍ਰਵਾਸੀ ਭਾਰਤੀ ਦਿਵਸ ਹਰ ਸਾਲ 9 ਜਨਵਰੀ ਨੂੰ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਦੇ ਨਾਲ ਪ੍ਰਵਾਸੀ ਭਾਰਤ ਦੇ ਸਮੁਦਾਇ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਫਿਰ ਤੋਂ ਜੋੜਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਹਾਂਜੀ, 1-6 ਜਨਵਰੀ ਨੂੰ ਦਿਵਸ ਮਨਾਇਆ ਗਿਆ ਸੀ, ਉਹਦਾ ਨਾਮ ਆ ਵਿਸ਼ਵ ਯੁੱਧ ਅਨਾਥ ਦਿਵਸ। 5 ਜਨਵਰੀ ਨੂੰ ਪੰਛੀ ਦਿਵਸ ਮਨਾਇਆ ਗਿਆ ਸੀ। 4 ਜਨਵਰੀ ਨੂੰ ਵਿਸ਼ਵ ਵਰਲ ਦਿਵਸ ਮਨਾਇਆ ਗਿਆ ਸੀ। 1 ਜਨਵਰੀ ਨੂੰ ਵੈਸ਼ਵਿਕ ਪਰਿਵਾਰ ਦਿਵਸ ਮਨਾਇਆ ਗਿਆ ਸੀ। ਇੰਨਾ ਤੁਸੀਂ ਯਾਦ ਰੱਖਣਾ ਜਨਵਰੀ ਦੇ ਇੰਪੋਰਟੈਂਟਸ ਡੇ ਦੇ ਬਾਰੇ। ਨੈਕਸਟ ਕੁਐਸਚਨ, ਕਿਸ ਦੇਸ਼ ਦੀ ਕ੍ਰਿਕਟ ਟੀਮ ਦੇ ਅੰਤਰਿਮ ਕੋਚ ਸਕਲੈਨ ਮੁਸਤਾਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3, ਪਾਕਿਸਤਾਨ। ਪਾਕਿਸਤਾਨ ਦੇਸ਼ ਦੀ ਕ੍ਰਿਕਟ ਟੀਮ ਦੇ ਅੰਤਰਿਮ ਕੋਚ ਸੀ ਸਕਲੈਨ ਮੁਸਤਾਕ। ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ। ਪਾਕਿਸਤਾਨ ਦੀ ਕੈਪੀਟਲ ਕੀ ਆ? ਇਸਲਾਮਾਬਾਦ। ਇੱਥੋਂ ਦੀ ਕਰੰਸੀ ਆ ਪਾਕਿਸਤਾਨੀ ਰੁਪਏ ਆ, ਅਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ RF ਅਲਬੀ।
ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਕ੍ਰਿਕਟਰ ਇਮਰਾਨ ਖਾਨ। ਇੰਡੀਆ ਅਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਾਲਿਫ ਲਾਈਨ ਕਹਿੰਦੇ ਆ। ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡਰੰਡ ਲਾਈਨ ਕਹਿੰਦੇ ਆ। ਇਹ ਲਾਈਨਾਂ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹਨਾਂ ਨੂੰ ਲਿਖ ਲੈਣਾ, ਜੀਕੇ ਦੇ ਕੁਐਸਚਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨਾਂ 'ਚੋਂ ਇੱਕ ਕੁਐਸਚਨ ਤੁਹਾਨੂੰ ਆ ਜਾਣਾ। ਇੰਡੀਆ ਅਤੇ ਚਾਈਨਾ 80% ਚਾਂਸ ਆ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਆਵੇ। ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਹੀ ਜਾਂਦਾ ਵਾ ਕਿਸੇ ਨਾ ਕਿਸੇ ਲਾਈਨ ਦੇ ਬਾਰੇ। ਇੰਡੀਆ ਅਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲੀਫ ਲਾਈਨ ਕਹਿੰਦੇ ਆ। ਇੰਡੀਆ ਅਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਕਹਿੰਦੇ ਆ। ਇਹ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਆ। ਹਾਂਜੀ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਕਹਿੰਦੇ ਆ। ਸਾਊਥ ਕੋਰੀਆ ਅਤੇ ਨੌਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ। US ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ। ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ 1V ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਹਿੰਦੂ ਮੰਦਰਾਂ ਦੀ ਦੇਖਭਾਲ ਲਈ ਸਥਾਪਨਾ ਪਾਕਿਸਤਾਨ ਨੇ ਕੀਤੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, 2.5 ਸਾਲ ਬਾਅਦ ਕਿਹੜਾ ਦੇਸ਼ ਮੁੜ ਅਮਰੀਕਾ ਨੂੰ ਅੰਬਾਂ ਦੀ ਬਰਾਮਦ ਸ਼ੁਰੂ ਕਰੇਗਾ? ਹਾਂਜੀ, 2.5 ਸਾਲ ਦੇ ਬਾਅਦ ਮੁੜ ਅਮਰੀਕਾ ਦੇ ਨਾਲ ਅੰਬਾਂ ਦਾ ਐਕਸਪੋਰਟਿੰਗ ਮੈਂਗੋਜ਼ ਯਾਨੀ ਕਿ ਅੰਬਾਂ ਦੀ ਬਰਾਮਦ ਸ਼ੁਰੂ ਕਰਨ ਵਾਲਾ ਦੇਸ਼ ਆ ਇੰਡੀਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। 2.5 ਸਾਲ ਪਹਿਲਾਂ ਭਾਰਤ ਨੇ ਆਪਣਾ ਜਿਹੜਾ ਐਕਸਪੋਰਟ ਕਰਨ ਦਾ ਸੀਗਾ, ਅੰਬਾਂ ਨੂੰ ਐਕਸਪੋਰਟ ਕਰਨ ਦਾ ਵਪਾਰ ਸੀ, ਉਹ ਛੱਡ ਦਿੱਤਾ ਸੀਗਾ। ਪਰ ਹੁਣ ਫਿਰ ਤੋਂ ਇੰਡੀਆ 2.5 ਸਾਲ ਬਾਅਦ ਅਮਰੀਕਾ ਨੂੰ ਅੰਬਾਂ ਦੀ ਬਰਾਮਦ ਸ਼ੁਰੂ ਕਰੇਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਮੈਂਗੋ ਦਾ ਐਕਸਪੋਰਟ। ਨੈਕਸਟ ਕੁਐਸਚਨ, ਉੱਤਰ ਪ੍ਰਦੇਸ਼ ਸਰਕਾਰ ਨੇ ਮੇਨਪੁਰੀ ਸੈਨਿਕ ਸਕੂਲ ਦਾ ਨਾਂ ਕਿਸ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ? ਹਾਂਜੀ, ਉੱਤਰ ਪ੍ਰਦੇਸ਼ ਸਰਕਾਰ ਨੇ ਮੇਨਪੁਰੀ ਸੈਨਿਕ ਸਕੂਲ ਦਾ ਨਾਮ ਜਨਰਲ ਬਿਪਿਨ ਰਾਵਤ ਦੇ ਨਾਮ ਉੱਤੇ ਰੱਖਣ ਦਾ ਐਲਾਨ ਕੀਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਭਾਰਤ ਦੇ ਪਹਿਲੇ CDS ਬਿਪਿਨ ਰਾਵਤ, ਹਾਂਜੀ CDS ਯਾਨੀ ਕਿ ਚੀਫ ਆਫ ਡਿਫੈਂਸ ਸਟਾਫ, ਅਤੇ ਰੀਸੈਂਟਲੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਆ। ਠੀਕ ਹੈ, ਅਤੇ ਇਹਨਾਂ ਦੇ ਨਾਮ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮੇਨਪੁਰੀ ਸੈਨਿਕ ਸਕੂਲ ਦਾ ਨਾਂ ਰੱਖਣ ਦੀ ਘੋਸ਼ਣਾ ਕੀਤੀ ਆ। ਹੁਣ ਉੱਤਰ ਪ੍ਰਦੇਸ਼ ਦੇ ਉੱਤੇ ਕੀਤੀ ਹੈ, ਤਾਂ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ? ਲਖਨਊ। ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਗੋਮਤੀ ਨਦੀ ਦੇ। ਇੱਥੋਂ ਦੇ ਚੀਫ ਮਿਨਿਸਟਰ ਆ ਯੋਗੀ ਆਦਿੱਤਿਆਨਾਥ, ਅਤੇ ਇੱਥੋਂ ਦੇ ਗਵਰਨਰ ਆ ਆਨੰਦੀਬੈਨ ਪਟੇਲ। ਰਾਸ਼ਟਰੀ ਪਸ਼ੂ ਆ ਇੱਥੋਂ ਦਾ ਬਾਰਾਸਿੰਗਾ। ਅਤੇ ਉੱਤਰ ਪ੍ਰਦੇਸ਼ ਦੇ ਵਿੱਚ 11ਵੀਂ ਇੰਡੀਆ ਹਾਕੀ ਯੂਨੀਅਨ ਚੈਂਪੀਅਨਸ਼ਿਪ ਉੱਤਰ ਪ੍ਰਦੇਸ਼ ਨੇ ਜਿੱਤੀ ਆ। ਠੀਕ ਹੈ, ਰਾਜ ਸਰਕਾਰ ਨੇ 25 ਦਸੰਬਰ ਤੋਂ ਫ੍ਰੀ ਸਮਾਰਟਫੋਨ ਵੰਡਣ ਦੀ ਸਕੀਮ ਸ਼ੁਰੂ ਕੀਤੀ ਸੀ ਦੇਵਬੰਦ ਵਿੱਚ। ਹਾਂਜੀ, ਜਿਹੜੀ ਇਹ ਸਕੀਮ ਸ਼ੁਰੂ ਹੋਈ ਸੀਗੀ ਫ੍ਰੀ ਸਮਾਰਟਫੋਨ ਦੀ, ਇਹ ਸਿਰਫ ਗ੍ਰੈਜੂਏਸ਼ਨ ਸਟੂਡੈਂਟਸ ਫਾਈਨਲ ਈਅਰ ਵਾਲਿਆਂ ਨੂੰ ਹੀ ਮਿਲਣੇ ਆ, ਜਿਨ੍ਹਾਂ ਦੇ ਨੰਬਰ ਪਹਿਲੇ 2 ਸਾਲਾਂ ਦੇ ਵਿੱਚੋਂ 60% ਆ। ਦੇਵਬੰਦ ਵਿੱਚ ATS ਕੇਂਦਰ ਖੁੱਲ੍ਹੇਗਾ। ਉੱਤਰ ਪ੍ਰਦੇਸ਼ ਦੇ ਦੇਵਬੰਦ ਦੇ ਵਿੱਚ ATS ਕੇਂਦਰ ਖੁੱਲ੍ਹੇਗਾ। ਕਲਾਤਮਕ ਚਾਵਲ ਮਹਾਂ ਉਤਸਵ ਉੱਤਰ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ। ਨਵੀਨ ਰੋਜ਼ਗਾਰ ਛੱਤਰੀ ਯੋਜਨਾ ਉੱਤਰ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਉੱਤਰ ਪ੍ਰਦੇਸ਼ ਦੇ ਵਿੱਚ ਮੜੂਆੜੀ ਨਾਮ ਦਾ ਰੇਲਵੇ ਸਟੇਸ਼ਨ ਆ, ਉਹਦਾ ਨਾਮ ਬਦਲ ਕੇ ਬਨਾਰਸ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ। DRDO ਨੇ ਫਿਲੁਖੁਆ ਵਿੱਚ ਫਾਇਰ ਟ੍ਰੇਨਿੰਗ ਸੈਂਟਰ ਖੋਲ੍ਹਣ ਦੀ ਘੋਸ਼ਣਾ ਕੀਤੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਂਝਾਪੁਰ ਵਿੱਚ ਗੰਗਾ ਐਕਸਪ੍ਰੈਸਵੇ ਦਾ ਨੀਂਹ ਪੱਧਰ ਰੱਖਿਆ। ਉੱਤਰ ਪ੍ਰਦੇਸ਼ ਦੇ ਕੋਰਵਾ ਵਿੱਚ AK-203 ਅਸੋਲਟ ਰਾਈਫਲ ਦੇ ਉਤਪਾਦਨ ਨੂੰ ਮਨਜ਼ੂਰੀ ਦਿੱਤੀ ਗਈ ਆ। ਇਹਨਾਂ ਤੁਸੀਂ ਯਾਦ ਰੱਖਣਾ ਉੱਤਰ ਪ੍ਰਦੇਸ਼ ਦੇ ਬਾਰੇ। ਨੈਕਸਟ ਕੁਐਸਚਨ, ਕਿਸ ਰਾਜ ਵਿੱਚ ਖੇਲੋ ਇੰਡੀਆ ਗੇਮਸ 2023 ਦਾ ਐਲਾਨ ਕੀਤਾ ਗਿਆ ਹੈ? ਹਾਂਜੀ, ਕਿਹੜੇ ਰਾਜ ਦੇ ਵਿੱਚ ਖੇਲੋ ਇੰਡੀਆ 2023 ਦਾ ਐਲਾਨ ਕੀਤਾ ਗਿਆ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਰਾਜ ਦੇ ਵਿੱਚ ਖੇਲੋ ਇੰਡੀਆ ਗੇਮਸ 2023 ਦਾ ਐਲਾਨ ਕੀਤਾ ਗਿਆ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਕੀਤਾ ਗਿਆ, ਤਾਂ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ? ਭੋਪਾਲ। ਇੱਥੋਂ ਦੇ ਚੀਫ ਮਿਨਿਸਟਰ ਆ ਸ਼ਿਵਰਾਜ ਸਿੰਘ ਚੌਹਾਨ, ਇੱਥੋਂ ਦੇ ਗਵਰਨਰ ਆ ਮੰਗੂ ਭਾਈ ਸੀ ਪਟੇਲ। ਮੱਧ ਪ੍ਰਦੇਸ਼ ਦੇ ਗਾਲਾਮੰਡ ਸੈਕਚੁਰੀ ਵਿੱਚ ਨਾਈਟ ਸਫਾਰੀ ਸ਼ੁਰੂ ਹੋਈ। ਮੱਧ ਪ੍ਰਦੇਸ਼ ਦੇ ਵਿੱਚ ਕਾਨਾ ਨੈਸ਼ਨਲ ਪਾਰਕ ਆ, ਵਾਧਵਗੜ੍ਹ ਨੈਸ਼ਨਲ ਪਾਰਕ ਆ, ਮਾਧਵ ਨੈਸ਼ਨਲ ਪਾਰਕ ਆ, ਸੰਜੇ ਨੈਸ਼ਨਲ ਪਾਰਕ ਆ,
ਪੰਨਾ ਨੈਸ਼ਨਲ ਪਾਰਕ ਆ, ਸਤਪੁੜਾ ਨੈਸ਼ਨਲ ਪਾਰਕ ਆ। ਜੀਵਨ ਅੰਮ੍ਰਿਤ ਯੋਜਨਾ ਇਹ ਇਮਿਊਨਿਟੀ ਨੂੰ ਵਧਾਉਣ ਦੇ ਲਈ ਆ ਅਤੇ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਆ। EFIR ਰਜਿਸਟ੍ਰੇਸ਼ਨ ਯੋਜਨਾ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਮੱਧ ਪ੍ਰਦੇਸ਼ ਦੇ ਹਬੀਬਗੰਜ ਵਿੱਚ ਪਹਿਲਾ ਰੇਲਵੇ ਕੋਚ ਬਸਿੰਗ ਪਲਾਂਟ ਸਥਾਪਿਤ ਕੀਤਾ ਗਿਆ। ਇੱਕ ਜ਼ਿਲ੍ਹਾ ਇੱਕ ਸਿਲਪ ਮੁਹਿੰਮ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਸੰਕਲਪ ਯੋਜਨਾ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਈ। ਇਹ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੀਤੀ ਗਈ। ਮੁੱਖ ਮੰਤਰੀ ਰਾਸ਼ਨ ਆਪ ਦੇ ਦੁਆਰ ਯੋਜਨਾ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਲੜਕੀਆਂ ਅਤੇ ਮਹਿਲਾਵਾਂ ਦੀ ਰੱਖਿਆ ਲਈ ਸਪੈਸ਼ਲ 40 ਦਸਤੇ ਦਾ ਗਠਨ ਵੀ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ। ਇੰਨਾ ਤੁਸੀਂ ਯਾਦ ਰੱਖਣਾ ਮੱਧ ਪ੍ਰਦੇਸ਼ ਦੇ ਬਾਰੇ। ਨੈਕਸਟ ਕੁਐਸਚਨ, ਕਿਸ ਰਾਜ ਵਿੱਚ ਪਹਿਲੀ ਖਿਡੌਣਾ ਨਿਰਮਾਣ ਕੋਪਲ ਖਿਡੌਣਾ ਕਲਸਟਰ ਘੋਸ਼ਿਤ ਕੀਤਾ ਗਿਆ ਸੀ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਏ, ਕਰਨਾਟਕ। ਕਰਨਾਟਕ ਰਾਜ ਦੇ ਵਿੱਚ ਪਹਿਲੀ ਖਿਡੌਣਾ ਨਿਰਮਾਣ ਕੋਪਲ ਖਿਡੌਣਾ ਕਲਸਟਰ ਘੋਸ਼ਿਤ ਕੀਤਾ ਗਿਆ। ਹੁਣ ਇਹ ਕਰਨਾਟਕ ਦੇ ਵਿੱਚ ਘੋਸ਼ਿਤ ਕੀਤਾ ਗਿਆ ਤਾਂ ਕਰਨਾਟਕ ਦੀ ਕੈਪੀਟਲ ਕੀ ਆ? ਜਿਹੜੇ ਵੀ ਸਟੂਡੈਂਟ ਨੂੰ ਪਤਾ ਇੱਕ ਸੈਕਿੰਡ ਦੇ ਲਈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ। ਕਰਨਾਟਕ ਦੀ ਕੈਪੀਟਲ ਆ ਬੰਗਲੌਰ। ਇੱਥੋਂ ਦੇ ਚੀਫ ਮਿਨਿਸਟਰ ਆ ਵਸ਼ਵ ਰਾਜ ਬੋਮਈ। ਇੱਥੋਂ ਦੇ ਗਵਰਨਰ ਆ ਥਾਵਰ ਚੰਦ ਗਹਿਲੋਤ। ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਕਰਨਾਟਕ ਦੇ ਹੁਬਲੀ ਦੇ ਵਿੱਚ ਬਣ ਰਿਹਾ। ਕਰਨਾਟਕ ਵਿੱਚ 12 ਸਾਲ ਬਾਅਦ ਨੀਲ ਕੁਰੰਜੀ ਦੇ ਫੁੱਲ ਖਿੜੇ ਆ ਕਰਨਾਟਕ ਦੀਆਂ ਮੰਗਲ ਪੱਟੀਆਂ ਪਹਾੜੀਆਂ ਦੇ ਉੱਪਰ। ਕਰਨਾਟਕ ਦਾ ਇੱਕ ਪਿੰਡ ਆ ਮੰਟੂਰ। ਇਹ ਇਕਲੌਤਾ ਇਸ ਤਰ੍ਹਾਂ ਦਾ ਪਿੰਡ ਆ ਜਿੱਥੇ ਹੁਣ ਵੀ ਸੰਸਕ੍ਰਿਤ ਬੋਲੀ ਜਾਂਦੀ ਆ। ਕਰਨਾਟਕ ਦੇ ਵਿੱਚ ਬਾਂਦੀਪੁਰ ਨੈਸ਼ਨਲ ਪਾਰਕ ਆ, ਅੰਸ਼ੀ ਨੈਸ਼ਨਲ ਪਾਰਕ ਆ, ਨਗਰਹੋਲ ਨੈਸ਼ਨਲ ਪਾਰਕ ਆ, ਕੁਦਰੇਮੁਖਾ ਨੈਸ਼ਨਲ ਪਾਰਕ ਆ, ਬੰਨਰਘਾਟਾ ਨੈਸ਼ਨਲ ਪਾਰਕ ਆ। ਕਰਨਾਟਕ ਗੌਰਮੈਂਟ ਨੇ ਟਰਾਂਸਜੈਂਡਰਾਂ ਦੇ ਲਈ ਪੁਲਿਸ ਵਿੱਚ ਰਾਖਵਾਂ ਕਰਨ ਦਾ ਐਲਾਨ ਕੀਤਾ। ਇੰਨਾ ਤੁਸੀਂ ਯਾਦ ਰੱਖਣਾ ਕਰਨਾਟਕ ਦੇ ਬਾਰੇ। ਨੈਕਸਟ ਕੁਐਸਚਨ ਹੈ ਜੀ, LIC ਡਿਜ਼ੀ ਜ਼ੋਨ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈ? ਹਾਂਜੀ, LIC ਡਿਜ਼ੀ ਜ਼ੋਨ ਦਾ ਉਦਘਾਟਨ ਮੁੰਬਈ ਦੇ ਵਿੱਚ ਕੀਤਾ ਗਿਆ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ। ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਅਤੇ ਮੁੰਬਈ ਦੇ ਵਿੱਚ LIC ਡਿਜ਼ੀ ਜ਼ੋਨ ਦਾ ਉਦਘਾਟਨ ਕੀਤਾ ਗਿਆ। LIC ਨੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਧਾਉਣ ਦੇ ਲਈ ਡਿਜ਼ੀ ਜ਼ੋਨ ਦਾ ਉਦਘਾਟਨ ਕੀਤਾ। ਹੁਣ ਅਸੀਂ ਗੱਲ ਕਰ ਰਹੇ ਹਾਂ LIC ਦੀ, ਤਾਂ LIC ਦੀ ਸਥਾਪਨਾ ਕਦੋਂ ਹੋਈ? 1956 ਦੇ ਵਿੱਚ। ਇਹਦਾ ਹੈੱਡਕੁਆਰਟਰ ਕਿੱਥੇ ਆ? ਮੁੰਬਈ ਦੇ ਵਿੱਚ। ਅਤੇ ਐਟ ਪ੍ਰੈਜੈਂਟ ਇਹਦੇ ਚੇਅਰਮੈਨ ਕੌਣ ਨੇ? MR ਕੁਮਾਰ। ਨੈਕਸਟ ਕੁਐਸਚਨ ਹੈ ਜੀ, ਕਿਹੜੀ ਪੁਲਿਸ ਏਜੰਸੀ ਨੇ ਹਾਲ ਹੀ ਵਿੱਚ ਪੁਲਾੜ ਵਿੱਚ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਦੂਰਬੀਨ ਤਾਇਨਾਤ ਕੀਤੀ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ B, NASA। NASA ਪੁਲਾੜ ਏਜੰਸੀ ਨੇ ਹਾਲ ਹੀ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੂਰਬੀਨ ਤਾਇਨਾਤ ਕੀਤੀ ਆ। ਹੁਣ ਇਹ NASA ਨੇ ਕੀਤੀ ਹੈ, ਤਾਂ NASA ਦੀ ਫੁੱਲ ਫੋਰਮ ਦੇਖੋ, ਨੈਸ਼ਨ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨਸ। ਇਸ ਦੀ ਸਥਾਪਨਾ ਕਦੋਂ ਹੋਈ? 1958 ਦੇ ਵਿੱਚ। ਇਹਦਾ ਹੈੱਡਕੁਆਰਟਰ ਕਿੱਥੇ ਆ? ਵਾਸ਼ਿੰਗਟਨ DC ਦੇ ਵਿੱਚ। ਨੈਕਸਟ ਕੁਐਸਚਨ ਆ ਜੀ, ਦੁਰਲੱਭ ਬੱਦਲਾਂ ਵਾਲਾ ਚੀਤਾ ਪਹਿਲੀ ਵਾਰ ਕਿਸ ਰਾਜ ਦੇ ਪਹਾੜੀ ਖੇਤਰਾਂ ਵਿੱਚ ਦੇਖਿਆ ਗਿਆ ਹੈ? ਹਾਂਜੀ, ਦੁਰਲੱਭ ਬੱਦਲਾਂ ਵਾਲਾ ਚੀਤਾ ਪਹਿਲੀ ਵਾਰ ਨਾਗਾਲੈਂਡ ਦੇ ਵਿੱਚ ਦੇਖਿਆ ਗਿਆ ਹੈ। ਆਪਸ਼ਨ ਨੰਬਰ C ਇਸ ਦਾ ਰਾਈਟ ਆਂਸਰ। ਨਾਗਾਲੈਂਡ ਦੇ ਪਹਾੜੀ ਖੇਤਰਾਂ ਵਿੱਚ ਦੇਖਿਆ ਗਿਆ ਦੁਰਲੱਭ ਬੱਦਲਾਂ ਵਾਲਾ ਚੀਤਾ। ਅਤੇ ਨਾਗਾਲੈਂਡ ਦੇ ਪਿੰਡਾਂ ਦੇ ਵਿੱਚ ਇਸ ਨੂੰ ਬੱਦਲ ਵਾਲਾ ਤੇਂਦੂਆ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਨਾਗਾਲੈਂਡ ਦੇ ਪਿੰਡਾਂ ਦੇ ਵਿੱਚ ਇਹਨੂੰ ਖੇਫਕ ਵੀ ਬੋਲਿਆ ਜਾਂਦਾ ਵਾ, ਇਹ ਤੁਸੀਂ ਯਾਦ ਰੱਖਣਾ। ਹੁਣ ਇਹ ਨਾਗਾਲੈਂਡ ਦੇ ਵਿੱਚ ਦੇਖਿਆ ਗਿਆ, ਤਾਂ ਨਾਗਾਲੈਂਡ ਦੀ ਕੈਪੀਟਲ ਕੀ ਆ? ਕੋਹਿਮਾ। ਇੱਥੋਂ ਦੇ ਚੀਫ ਮਿਨਿਸਟਰ ਨੇ ਨੈਫਰੀਓ ਅਤੇ ਇੱਥੋਂ ਦੇ ਗਵਰਨਰ ਆ ਜਗਦੀਸ਼ ਮੁਖੀ। ਨੈਕਸਟ ਕੁਐਸਚਨ ਹੈ ਜੀ, ਇੰਡੀਆ ਰੇਟਿੰਗਸ ਅਤੇ ਰਿਸਰਚ ਨੇ ਵਿੱਤੀ ਸਾਲ 2022 ਵਿੱਚ ਭਾਰਤ ਦੀ GDP ਵਿਕਾਸ ਦਰ ਦਾ ਕਿੰਨਾ ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਹੈ? ਹਾਂਜੀ, ਇੰਡੀਆ ਰੇਟਿੰਗਸ ਅਤੇ ਰਿਸਰਚ ਨੇ ਵਿੱਤੀ ਸਾਲ 2022 ਵਿੱਚ ਭਾਰਤ ਦੀ GDP ਵਿਕਾਸ ਦਰ ਦਾ 9.3% ਹੋਣ ਦਾ ਅਨੁਮਾਨ ਲਗਾਇਆ ਹੈ। ਨੈਕਸਟ ਕੁਐਸਚਨ ਹੈ ਜੀ, ਸਰਬੋਤਮ ਅਭਿਨੇਤਾ ਦਾ ਔਸਕਰ ਜਿੱਤਣ ਵਾਲੇ ਪਹਿਲੇ ਕਾਲੇ ਅਭਿਨੇਤਾ ਦਾ ਹੋਇਆ ਦੇਹਾਂਤ, ਉਸਦਾ ਨਾਮ ਕੀ ਆ? ਹਾਂਜੀ, ਸਰਬੋਤਮ ਅਭਿਨੇਤਾ ਦਾ ਔਸਕਰ ਜਿੱਤਣ ਵਾਲੇ ਇੱਕ ਕਾਲੇ ਅਭਿਨੇਤਾ ਵਾ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਵਾ, ਉਹਨਾਂ ਦਾ ਨਾਮ ਹੈ
सिडनी पोइटियर। ऑप्शन नंबर बी इज़ द राइट आंसर, ये तुसी याद रखना। नैक्सट क्वेश्चन, मणिपुर तो त्रिपुरा नू असम राही जोड़न वाली जन शताब्दी एक्सप्रैस रेलगड्डी किसने शुरू की? हाँ जी, मणिपुर तो त्रिपुरा नू जोड़न वाली जन शताब्दी एक्सप्रैस रेलगड्डी शुरू की आ अश्विनी वैष्णव ने। ऑप्शन नंबर सी इज़ द राइट आंसर, ये साड़ी रेल संचार अते सूचना प्रसार अते इलैक्ट्रॉनिक्स मंत्री आ अश्विनी वैष्णव। इन्हां ने मणिपुर तो त्रिपुरा नू असम राही जोड़न वाली जन शताब्दी एक्सप्रैस रेलगड्डी शुरू की है। हाँ जी, इस दे नाल ही साड़ी अज दी वीडियो खत्म हुंदी है। तो यह वीडियो तुहानू किस तरह की लगी कृपा करके कमेंट बॉक्स के जरूर दस देना। जेकर वीडियो चंगी लगी हो प्लीज़ वीडियो में लाइक अते शेयर जरूर कर देना। धन्यवाद जी।